ਸਤਿ ਸ਼੍ਰੀ ਅਕਾਲ ਜੀ, ਮੈਂ ਜਨਾਤੀਮਾਨ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਅਸੀਂ ਇੱਕ ਵੱਖਰੀ ਜਿਹੀ ਵੀਡੀਓ ਲੈ ਕੇ ਹਾਜ਼ਰ ਹੋਇਆਂ, ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਅੱਜ ਕੱਲ੍ਹ ਮੁੰਡੇ ਕੁੜੀਆਂ ਦੇ ਵਿੱਚ ਰੀਲਾਂ ਬਣਾਉਣ ਦਾ ਜਿਹੜਾ ਜਜ਼ਬਾ ਉਹ ਬਹੁਤ ਵੱਧਦਾ ਜਾਂਦਾ, ਕਰੇਜ਼ ਜਿਹੜਾ ਵੱਧਦਾ ਜਾਂਦਾ, ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਪੁੱਠੇ ਸਿੱਧੇ ਕੰਮ ਵੀ ਲਗਾਤਾਰ ਕੀਤੇ ਜਾਂਦੇ ਨੇ, ਸਟੰਟ ਵੀ ਅਜਿਹੇ ਕੀਤੇ ਜਾਂਦੇ ਨੇ ਜਿਸਦੇ ਵਿੱਚ ਦੇਖਿਆ ਜਾਂਦਾ ਕਿ ਉਹ ਆਪਣੀ ਜਾਨ ਤੱਕ ਗਵਾ ਲੈਂਦੇ ਨੇ। ਪਰ ਜਿਹੜੀ ਵੀਡੀਓ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ, ਇਸਨੂੰ ਦੇਖ ਕੇ ਤੁਸੀਂ ਅਜਿਹੇ ਰੀਲਾਂ ਬਣਾਉਣ ਵਾਲਿਆਂ ਨੂੰ ਲਾਂ ਤਾਂ ਜ਼ਰੂਰ ਪਾਵੋਗੇ। ਠੀਕ ਹੈ, ਤੁਸੀਂ ਆਪਣੀ ਮਰਜ਼ੀ ਨਾਲ ਰੀਲ ਬਣਾਉਂਦੇ ਹੋ ਉਹ ਗੱਲ ਵੱਖਰੀ ਹੈ, ਪਰ ਤੁਸੀਂ ਆਪਣੀ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਕਿਸੇ ਹੋਰ ਗਰੀਬ ਜਾਂ ਮਾਤੜ ਬੰਦੇ ਨੂੰ ਪਰੇਸ਼ਾਨ ਕਰਦੇ ਹੋ, ਇਹ ਤੁਹਾਡੇ ਲਈ ਵੀ ਗਲਤ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਤੁਸੀਂ ਵੀ ਦੇਖ ਸਕਦੇ ਹੋ। ਹਾਲਾਂਕਿ ਵੀਡੀਓ ਥੋੜ੍ਹੀ ਜਿਹੀ ਪੁਰਾਣੀ ਹੈ, ਪਰ ਅਸੀਂ ਇਸ ਕਰਕੇ ਦਿਖਾਉਣਾ ਚਾਹੁੰਦੇ ਹਾਂ ਕਿ ਇਸ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਨੂੰ, ਇਨਸਾਨ ਨੂੰ ਜਾਂ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਹੜਾ ਕਿ ਆਪਣੀ ਰੇਹੜੀ ਰਿਕਸ਼ਾ ਜਾਂ ਲਈ ਜਾ ਰਿਹਾ ਤਾਂ ਬਾਈਕ ਦੇ ਉੱਤੇ ਸਵਾਰ ਮੁੰਡਿਆਂ ਦੇ ਵੱਲੋਂ ਉਸਦੇ ਮੂੰਹ ਦੇ ਉੱਤੇ ਜਿਹੜੀ ਕਿ ਝੱਗ ਵਾਲੀ ਸਪਰੇਅ ਆ ਉਹ ਕਰ ਦਿੱਤੀ ਜਾਂਦੀ ਹੈ। ਉਸ ਵਿਅਕਤੀ ਨੂੰ ਪਰੇਸ਼ਾਨ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਵੱਲੋਂ ਲੱਖਾਂ ਦੀਆਂ ਲਾਂਤਾਂ ਪਾਈਆਂ ਜਾ ਰਹੀਆਂ ਨੇ। ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਜਿਹੜੇ ਬੰਦੇ ਨੇ ਇਹ ਹਰਕਤ ਕੀਤੀ ਆ ਤਾਂ ਉਹਨਾਂ ਦਾ ਨਤੀਜਾ ਤੁਹਾਨੂੰ ਐਂਡ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਸੇ ਬੰਦੇ ਨਾਲ ਅਜਿਹੀ ਹਰਕਤ ਕਰਨਾ ਉਹਨਾਂ ਨੂੰ ਕਿਸ ਕਦਰ ਮਹਿੰਗਾ ਪਿਆ, ਕਿਹੜਾ ਉਹਨਾਂ ਨੂੰ ਜਿਹੜਾ ਕਿ ਇਸਦੀ ਕੀਮਤ ਚੁਕਾਉਣੀ ਪਈ ਆ, ਤੁਹਾਨੂੰ ਦੋਨੋਂ ਚੀਜ਼ਾਂ ਦਿਖਾਵਾਂਗੇ। ਪਹਿਲਾਂ ਸਕਰੀਨ ਦੇ ਉੱਤੇ ਤੁਸੀਂ ਸਿਰਫ ਦੇਖੋ ਕਿ ਕਿਸ ਤਰੀਕੇ ਦੇ ਨਾਲ ਬਾਈਕ 'ਤੇ ਆਏ ਇਹ ਰੀਲ ਬਣਾਉਂਦੇ ਜਾ ਰਹੇ ਨੇ ਅਤੇ ਉਸ ਗਰੀਬ ਬੰਦੇ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਉਸਦਾ ਮੂੰਹ ਬਿਲਕੁਲ ਝੱਗ ਦੀ ਸਪਰੇਅ ਨਾਲ ਢੱਕ ਦਿੰਦੇ ਨੇ। ਇਸ ਦੇ ਨਾਲ ਕੋਈ ਅਣਹੋਣੀ ਵੀ ਹੋ ਸਕਦੀ ਸੀ, ਕੋਈ ਘਟਨਾ ਵੀ ਵਾਪਰ ਸਕਦੀ ਸੀ, ਇਸ ਵਿੱਚ ਕੋਈ ਵੱਡਾ ਐਕਸੀਡੈਂਟ ਹਾਦਸਾ ਵੀ ਹੋ ਸਕਦਾ ਸੀ, ਕਿਉਂਕਿ ਉਸਦਾ ਮੂੰਹ ਬਿਲਕੁਲ ਲੁਕੋ ਦਿੱਤਾ, ਕਿਉਂਕਿ ਸਾਹਮਣੇ ਉਸਨੂੰ ਕੁਝ ਵੀ ਚੀਜ਼ ਜਿਹੜੀ ਨਜ਼ਰ ਨਹੀਂ ਆ ਰਹੀ ਸੀ। ਇਹ ਪੁੱਠੀ ਹਰਕਤ ਕੀਤੀ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਤੁਸੀਂ ਆਪਣੀ ਰੀਲ ਦੇ ਚੱਕਰਾਂ ਦੇ ਵਿੱਚ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਸਕਦੇ। ਤਾਂ ਫਿਰ ਜਦੋਂ ਇਹ ਰੀਲ ਨੈੱਟ ਦੇ ਉੱਤੇ ਵਾਇਰਲ ਹੋਈ ਤਾਂ ਫਿਰ ਜਿਹੜੀ ਇਸ ਨੂੰ ਸਜ਼ਾ ਮਿਲੀ ਤਾਂ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ ਕਿ ਵਾਕਈ ਅਜਿਹੇ ਨੌਜਵਾਨਾਂ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ। ਦੇਖੋ ਫਿਰ ਦੂਸਰੀ ਤਸਵੀਰ ਸਕਰੀਨ ਦੇ ਉੱਤੇ ਕਿ ਇਹ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਰਿਹਾ, ਲੰਘ ਮਾਰਦਾ ਤੁਰਦਾ ਆ ਰਿਹਾ, ਇਹ ਉਹੀ ਹੈ ਜਿਸ ਨੇ ਇਸ ਬਜ਼ੁਰਗ ਨੂੰ ਤੰਗ ਕੀਤਾ ਸੀ। ਤਾਂ ਫਿਰ ਫੜ ਲਿਆ, ਦਬੋਚ ਲਿਆ, ਚੰਗੀ ਇਸਦੀ ਸੇਵਾ ਹੋਈ। ਅਜਿਹਾ ਹੀ ਹੋਣਾ ਚਾਹੀਦਾ, ਅਜਿਹੇ ਲੋਕਾਂ ਨਾਲ ਜਿਹੜੇ ਆਉਂਦੇ ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਆਪਣੀਆਂ ਰੀਲਾਂ ਬਣਾਉਣ ਦੇ ਚੱਕਰਾਂ ਦੇ ਵਿੱਚ। ਜੇਕਰ ਤੁਸੀਂ ਵੀ ਅਜਿਹੀ ਕੋਈ ਹਰਕਤ ਕਰਦੇ ਹੋ ਤਾਂ ਸੁਚੇਤ ਹੋ ਜਾਓ, ਕਿਉਂਕਿ ਕਿਸੇ ਨੂੰ ਪਰੇਸ਼ਾਨ ਕਰਕੇ ਤੁਸੀਂ ਕਿਸੇ ਦੀਆਂ ਬਦਦੁਆਵਾਂ ਨਾ ਲਿਆ ਕਰੋ। ਤੁਸੀਂ ਰੀਲਾਂ ਬਣਾਉਣੇ ਨੇ, ਕੋਈ ਚੱਜ ਦਾ ਕੰਮ ਕਰਨਾ ਤਾਂ ਕਰੋ, ਪਰ ਕਿਸੇ ਨੂੰ ਪਰੇਸ਼ਾਨ ਕਰਕੇ ਤੁਸੀਂ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾ ਕੇ ਆਪਣੇ ਆਪ ਨੂੰ ਫੇਮਸ ਨਹੀਂ ਕਰ ਸਕਦੇ। ਉਸ ਤੋਂ ਬਾਅਦ ਇਸ ਨੂੰ ਪੁਲਿਸ ਨੇ ਜਿਹੜਾ ਕਾਬੂ ਕੀਤਾ, ਇਸਦੀ ਚੰਗੀ ਸੇਵਾ ਹੋਈ ਆ, ਤਾਂ ਹੁਣ ਨਹੀਂ ਲੱਗਦਾ ਕਿ ਇਹ ਕਦੇ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਇਸ ਤਰੀਕੇ ਦੇ ਨਾਲ ਪਰੇਸ਼ਾਨ ਕਰੇਗਾ। ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ, ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੇਣਾ ਨਾ ਭੁੱਲਿਓ, ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਜ਼ਰੂਰ ਕਰ ਦਿਓ, ਤਾਂ ਕਿ ਹੋਰ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਕਿਸੇ ਨੂੰ ਤੰਗ ਕਰਨ ਦਾ ਨਤੀਜਾ ਕੀ ਹੁੰਦਾ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।